बिल्कुल जी अज ये लोगों ने खुद मीटिंग करी है, मेरा दफ्तर इतने खुले न 4-5 महीने हो गए, उस विच जो अज लोग चल के आए हैं, मैंने कल का कहा भी तू उसे 11 बजे पहुँच, असं तेरे गल करनी है। वो उस गल मैं इतने अपने दफ्तर आया, जो मैनू हुक्म होया वो यही होया कि जो कांग्रेस ने कर गलत कराया कि हूँ आजाद इलैक्शन लड़िया जाए, तो मैनू उन्होंने हुक्म कराया तो मैनू यह इलैक्शन लड़ना ही पैना। हूँ मेरे बस कोई रस्ता ही है नहीं, क्योंकि मैं पहले ही अपने आप में इतने लोगों को समर्पित करी बैठा, अपनी नौकरी छड के मैं इतने लोगों को समर्पित कराया होया। जे मैनू जिन्हों जब तुम किसी सबमिट कर दें समर्पित कर दें हो, जे वह कहे जो वो सू करना पेगा उ मैं करना पे। तो एक पास तो पंजाब कांग्रेस पूरे सूबे मुख्यमंत्री चरणजीत सिंह चन्नी का फेस लैके जी वोटा लड़न जा रही है, तो उन्होंने नाम से जी वोटिंग मंगी आ रही है, तो तुम उन्होंने भरा हो, तुम बगावत कर रहे हो, तुम्हें नहीं लगता कि भरा कोई नहीं, इसमें बगावत ना समझा जाए, बगावत का कोई गल नहीं हैगी, एक लोगों की इच्छा जी है। आप भी चन्नी सरकार दी गल्लां दसांगे कि असीं काम वधिया करिए, चन्नी साहब ने वधिया काम करे, मैं भी दसांगा, मैं हुण तक भी दसदा रहा, तो लेकिन जो लोग हुण कहिंदे आ सानूं करना चाहिए। कितने कमी रह गई, टिकट क्यों नहीं मिल सकी तुहानूं? वह मैं तुहानूं दसदा कि कुछ ताकतां हैगियां जिहड़ियां चाहुंदियां ने कि मैं उपर आवां, मैं इलैक्शन लड़ा, वो उन्होंने जो करता ठीक करते। मैं हुण की नाम लैं, नाल दे MLA जिहड़े हैगे चाहुंदे हैगे इत्थे माड़ा MLA बणिया रहे इत्थे, किसे तां कि उन्हां दी डिस्ट्रिक्ट 'च भी चलती रहे, उन्हां दी एरिया 'च भी चलती रहे, ਉਹੀ ਲੋਕ ਹੈ। ਲੇਕਿਨ ਆਪਾਂ ਇਹ ਕੰਮ ਕਰਨਾ ਕਰ ਲੱਗੇ। ਮੈਨੂੰ ਤਾਂ ਇਹ ਕਿਹਾ ਗਿਆ ਸੀ ਹਾਈ ਕਮਾਂਡ ਵੱਲੋਂ ਕਿ ਜੇ ਤੁਸੀਂ ਕਿਸੇ ਨੂੰ ਦੂਜੇ ਨੂੰ ਸੀਟ ਮਿਲੇਗੀ ਤਾਂ ਤੈਨੂੰ ਵੀ ਮਿਲੇ, ਆਪਾਂ ਨੂੰ ਹੁਣ ਨਹੀਂ ਦਿੱਤੀ ਆਪਾਂ ਠੀਕ, ਕਿਉਂਕਿ ਰਾਏ ਵੀ ਕਿਹਾ ਜਾ ਰਿਹਾ ਕਿ ਟਰਾਂਸਫਰ ਜਿਹੜੀ ਕਰਵਾਈ ਸੀ ਅਨੰਦਪੁਰ ਪਲੌਟ ਤੋਂ GP ਨੇ, ਉਸ ਤੋਂ ਬਾਅਦ ਤਸਲ ਸ਼ੁਰੂ ਹੋਈ ਹੈ ਤਾਂ ਤੁਸੀਂ ਕਰ? ਬਿਲਕੁਲ, GP ਨੇ ਮੇਰੀ ਇੱਥੋਂ ਟਰਾਂਸਫਰ ਕਰਵਾਈ ਸੀ, 2 ਦਿਨ ਇੱਥੇ ਧਰਨਾ ਰਿਹਾ। ਬਲਬੀਰ ਸਿੰਘ ਮਿਨਿਸਟਰ ਸੀ ਉਦੋਂ ਹੈਲਥ ਮਿਨਿਸਟਰ, ਉਹਦੀ ਹਾਏ ਹਾਏ ਹੁੰਦੀ ਇੱਥੇ ਰਹੀ, GP MLA ਦੀ ਉਹਦੇ ਇਲਾਕੇ ਵਿੱਚ ਹਾਏ ਹਾਏ ਹੁੰਦੀ ਰਹੀ। ਲੇਕਿਨ ਇਹਨਾਂ ਨੇ ਜੋ ਮੇਰੇ ਨਾਲ ਕਰਿਆ ਸੀ ਉਦੋਂ, ਕਿਉਂਕਿ ਮੈਂ ਲੋਕਾਂ ਦੀ ਸੇਵਾ ਕਰ ਰਿਹਾ ਸੀ ਉਦੋਂ, ਕਰੋਨਾ ਦਾ ਦੌਰ ਸੀ, ਕਰੋਨਾ ਦੇ ਦੌਰ 'ਚ ਮੈਂ ਲੋਕਾਂ ਦੀ ਸੇਵਾ ਕਰ ਰਿਹਾ ਸੀ, ਉਦੋਂ ਮੇਰੀ ਇਹਨਾਂ ਨੇ ਟਰਾਂਸਫਰ ਕਰਾਈ, ਉਸੇ ਦਾ ਗੁੱਸਾ ਜਿਹੜੇ ਇਹ ਲੋਕਾਂ ਨੇ ਉਦੋਂ ਕੱਢਿਆ ਸੀ, ਉਸੇ ਦਾ ਲੋਕਾਂ ਹੁਣ ਗੁੱਸਾ ਕੱਢਣ। ਵਿਕਾਸ ਤਾਂ ਤੁਹਾਨੂੰ ਦਿਖੇ ਰਿਹਾ ਹੈ, ਬਸੀ ਸ਼ਹਿਰ 'ਚ ਵੜ ਜਾਓ, ਖਮਾਣੋ ਸ਼ਹਿਰ 'ਚ ਵੜ ਜਾਓ, ਇੱਥੇ ਜਿੱਥੇ ਮੀਂਹ ਦੀ ਲੋੜ ਨਹੀਂ ਹੈਗੀ, ਲੋਕਾਂ ਦੇ ਘਰਾਂ 'ਚ ਵਿਹੜਿਆਂ 'ਚ ਗਲੀਆਂ ਦਾ ਪਾਣੀ ਘੁੰਮ ਰਿਹਾ, ਨਾਲੀਆਂ ਦਾ ਪਾਣੀ ਘੁੰਮ ਰਿਹਾ, ਗੰਦਾ ਪਾਣੀ ਘੁੰਮ ਰਿਹਾ, ਇਹ ਵਿਕਾਸ ਦਿਖ ਰਿਹਾ ਹੈ। ਉਹਦੀ ਕੋਈ ਵਿਕਾਸ ਵਾਲੀ ਸੋਚ ਨਹੀਂ ਹੈ, ਨਾ ਉਦੋਂ ਵਿਕਾਸ ਹੋਇਆ ਨਾ ਉਦੋਂ ਹੋਣਾ। ਤੇ ਜਿਹੜੀ ਲੌਬੀ ਤੁਹਾਡੇ ਖਿਲਾਫ ਤਿਆਰ ਹੋਈ ਸੀ, ਜਿਹਨੂੰ ਟਿਕਟ ਨਹੀਂ ਲੈਣ ਦਿੱਤੀ, ਜਦੋਂ ਉਹ ਪ੍ਰਚਾਰ ਕਰਨ ਨੂੰ ਆਉਣਗੇ ਤਾਂ ਤੁਸੀਂ ਇਹ ਵੀ ਐਲਾਨ ਕੀਤਾ ਕਿ ਮੈਂ ਉਹਨਾਂ ਦੇ ਹਲਕੇ? ਬਿਲਕੁਲ, ਜਿਹੜਾ ਸਾਡੇ ਨਾਲ ਇੰਟਰਫੇਅਰ ਕਰੇਗਾ ਉਹਨੂੰ ਅਸੀਂ ਉਵੇਂ ਨਹੀਂ ਜਾਂਦੇ। CM ਸਾਹਿਬ ਪਾਰਟੀ ਦੇ ਪ੍ਰਚਾਰ ਕਰਨ ਨੂੰ ਆਉਣਗੇ ਜਾਂ ਨਹੀਂ? CM ਸਾਹਿਬ ਨੂੰ ਦੇਖੋ, ਪਾਰਟੀ ਦੀ ਡਿਊਟੀ ਲਾ ਸਕਦੇ ਹੋ, ਪਾਰਟੀ ਡਿਊਟੀ ਲਾ ਸਕਦੀ ਹੈ, ਨਹੀਂ ਫਿਰ ਉਹ ਤੁਹਾਡੇ ਖਿਲਾਫ ਜਾਂ ਬੋਲਣਗੇ ਜਾਂ ਫਿਰ ਤੁਸੀਂ ਖਿਲਾਫ? ਮੇਰੇ ਖਿਲਾਫ ਉਹ ਪਾਰਟੀ ਦੇ ਹੱਕ 'ਚ ਬੋਲਣਗੇ, ਮੇਰੇ ਖਿਲਾਫ ਨਹੀਂ ਬੋਲਣਗੇ। 2007 'ਚ ਅਸੀਂ ਆਜ਼ਾਦ ਲੜਿਆ ਸੀ, ਆਜ਼ਾਦ ਜਿੱਤੇ ਸੀ, ਹੁਣ ਵੀ ਆਜ਼ਾਦ ਲੜਾਂਗੇ।